ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਨਿਤਿਕਾ ਹੈ ਅਤੇ ਮੈਂ 10ਵੀਂ SOE ਦੀ ਵਿਦਿਆਰਥਣ ਹਾਂ। ਪਰ ਮੁੱਖ ਤੌਰ ਤੇ ਤੀਜ ਦਾ ਤਿਉਹਾਰ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਇਹ ਪਰੰਪਰਾਗਤ ਤਿਉਹਾਰ ਸਾਰਿਆਂ ਲਈ, ਖਾਸ ਕਰਕੇ ਔਰਤਾਂ ਲਈ ਖੁਸ਼ੀ ਅਤੇ ਉਤਸ਼ਾਹ ਦਾ ਸਮਾਂ ਲਿਆਉਂਦਾ ਹੈ। ਧੀਆਂ ਦਾ ਤਿਉਹਾਰ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਅਤੇ ਤੀਜ ਦੇ ਤਿਉਹਾਰ ਦੌਰਾਨ ਰਵਾਇਤੀ ਪਹਿਰਾਵੇ ਵਿੱਚ ਸੱਜੀਆਂ ਮੁਟਿਆਰਾਂ ਮੇਲੇ ਵਿੱਚ ਗਿੱਧਾ ਪਾਉਂਦੀਆਂ ਹਨ, ਲੋਕ ਗੀਤ ਅਤੇ ਬੋਲੀਆਂ ਪਾਉਂਦੀਆਂ ਹਨ, ਜਹਿੰਦੀ ਲਗਾਉਂਦੀਆਂ ਹਨ, ਪੀਂਗਾ ਝੂਟਦੀਆਂ ਅਤੇ ਖੁਸ਼ੀਆਂ ਮਨਾਉਂਦੀਆਂ ਹਨ। ਹਿੰਦੂ ਧਰਮ ਅਨੁਸਾਰ ਤੀਜ ਦਾ ਤਿਉਹਾਰ ਬਹੁਤ ਮਹੱਤਵਪੂਰਨ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਮੁੜ ਮਿਲਾਪ ਹੋਇਆ ਸੀ। ਦੇਵੀ ਪਾਰਵਤੀ ਨੇ ਕਈ ਸਾਲਾਂ ਤੱਕ ਤਪੱਸਿਆ ਕੀਤੀ ਅਤੇ ਭਗਵਾਨ ਸ਼ਿਵ ਲਈ ਵਰਤ ਰੱਖਿਆ, ਜਿਸ ਨਾਲ ਭਗਵਾਨ ਸ਼ਿਵ ਪ੍ਰਸੰਨ ਹੋਏ ਅਤੇ ਉਹਨਾਂ ਨੇ ਦੇਵੀ ਪਾਰਵਤੀ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰ ਲਿਆ। ਇਸੇ ਲਈ ਦੇਵੀ ਪਾਰਵਤੀ ਨੂੰ ਤੀਜ ਮਾਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਤੀਜ ਦਾ ਤਿਉਹਾਰ ਧਾਰਮਿਕ ਮਹੱਤਵ, ਪਤੀ ਪਤਨੀ ਵਿਚਕਾਰ ਪਿਆਰ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਤੀਜ ਦੇ ਤਿਉਹਾਰ ਤੇ ਧਾਰਮਿਕ ਮਹੱਤਵ ਨੂੰ ਬਰਕਰਾਰ ਰੱਖਦੇ ਹੋਏ ਹਿੰਦੂ ਧਰਮ ਵਿੱਚ ਵਿਆਹੀਆਂ ਔਰਤਾਂ ਅਜੇ ਵੀ ਆਪਣੇ ਪਤੀ ਦੀ ਲੰਬੀ ਉਮਰ ਅਤੇ ਖੁਸ਼ਹਾਲੀ ਦੀ ਕਾਮਨਾ ਵਿੱਚ ਦੇਵੀ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਲਈ ਵਰਤ ਰੱਖਦੀਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੀ ਪ੍ਰਾਰਥਨਾ ਕਰਨ ਅਤੇ ਤੀਜ ਦੇ ਦਿਨ ਸ਼ਰਧਾ ਨਾਲ ਵਰਤ ਰੱਖਣ ਨਾਲ ਅਣਵਿਆਹੀਆਂ ਲੜਕੀਆਂ ਨੂੰ ਵੀ ਸੁਖੀ ਵਿਆਹਤਾ ਜੀਵਨ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਸਰਕਾਰੀ ਸਕੂਲ ਆਫ ਐਮੀਨੈਂਸ ਖੁਆਸਪੁਰ ਹੀਰਾ ਹੁਸ਼ਿਆਰਪੁਰ ਵਿਖੇ ਤੀਆਂ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਪਤਨੀ ਵਿਭਾ ਸ਼ਰਮਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਲਲਿਤਾ ਅਰੋੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਕੇ ਸ਼ਿਰਕਤ ਕੀਤੀ। ਇਸ ਦੌਰਾਨ ਸਾਰਿਆਂ ਨੇ ਮਿਲ ਕੇ ਬੜੇ ਉਤਸ਼ਾਹ ਨਾਲ ਤੀਜ ਦਾ ਤਿਉਹਾਰ ਮਨਾਇਆ। ਗੁਰਪ੍ਰੀਤ ਗੋਪੀ ਦੀ ਰਿਪੋਰਟ। ਅੱਜ ਤੀਜ ਕੇ ਤਿਉਹਾਰ ਮਨਾਉਣ ਕੇ ਲਈ ਹਮਪੁਰ ਹੀਰਾ ਸਕੂਲ ਮੇਂ ਇਕੱਠੇ ਹੋਏ ਹੈ। ਮੈਡਮ ਡੀ ਓ ਮੈਡਮ ਜੋ ਹੈ ਲਲਿਤਾ ਅਰੋੜਾ ਮੈਮ ਔਰ ਪ੍ਰਿੰਸੀਪਲ ਰਮਨਦੀਪ ਕੌਰ ਮੈਮ ਨੇ ਅੱਜ ਮੁਝੇ ਯਹਾਂ ਇਨਵਾਈਟ ਕਰਾ ਹੈ, ਤੋ ਮੈਂ ਬੱਚੋਂ ਕੇ ਸਾਥ ਔਰ ਸਕੂਲ ਕੇ ਸਾਰੇ ਸਟਾਫ ਕੇ ਸਾਥ ਔਰ ਇਨ ਸਭ ਕੇ ਸਾਥ ਇਸ ਤਿਉਹਾਰ ਕੋ ਅੱਜ ਮਨਾਨੇ ਕੇ ਲੀਏ ਹਮ ਯਹਾਂ ਇਕੱਠੇ ਹੋਏ ਹੈ। ਜੋ ਤਿਉਹਾਰ ਜੋ ਹੈ ਇਸ ਮਹੀਨੇ ਸਾਵਨ ਕੇ ਮਹੀਨੇ ਮੇਂ ਜੋ ਮਨਾਇਆ ਜਾਤਾ ਹੈ ਔਰ ਇਸਤਰੀਓਂ ਕੇ ਸਮਾਨ ਕੇ ਲੀਏ ਔਰ ਉਨਕੇ ਜੋ ਸੰਸਕ੍ਰਿਤੀ ਕੋ ਹਮ ਜੋ ਇੱਕ ਸੈਲੀਬ੍ਰੇਟ ਕਰਤੇ ਹੈ ਉਸਕੇ ਲੀਏ ਹਮ ਸਭ ਅੱਜ ਯਹਾਂ ਇਕੱਠੇ ਹੋਏ ਹੈ। ਅੱਜ ਅਸੀਂ ਸਾਰੇ SOE ਸਕੂਲ ਪੂਰਹੀਰਾਂ ਵਿੱਚ ਤੀਆਂ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਹਾਂ। ਮੈਂ ਬਹੁਤ ਹੀ ਸਤਿਕਾਰਯੋਗ ਮੈਡਮ ਵਿਭਾ ਸ਼ਰਮਾ ਜੀ, ਪਤਨੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ, ਕੈਬਨਿਟ ਮੰਤਰੀ ਪੰਜਾਬ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਨੇ। ਮੈਂ ਮੈਡਮ ਦਾ ਇਸ ਸਕੂਲ ਆਉਣ 'ਤੇ ਬਹੁਤ ਬਹੁਤ ਨਾ ਕੇਵਲ ਸਵਾਗਤ ਕਰਦੀ ਹਾਂ ਬਲਕਿ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਆਪਣੇ ਰੁਝੇਵਿਆਂ ਵਿੱਚ ਟਾਈਮ ਕੱਢ ਕੇ ਇੱਕ ਸਾਡੀ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕੀਤਾ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਮੋਬਾਈਲ ਦਾ ਯੁੱਗ ਹੈ, ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਨੇ, ਸੋ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਅੱਜ ਇਹ ਉਪਰਾਲਾ ਕੀਤਾ ਗਿਆ ਹੈਗਾ। ਮੈਡਮ ਰਮਨਦੀਪ ਕੌਰ ਜਿਹੜੇ ਕਿ ਸਕੂਲ ਦੇ ਪ੍ਰਿੰਸੀਪਲ ਨੇ, ਉਹਨਾਂ ਨੇ ਬਹੁਤ ਹੀ ਅੱਛਾ ਅਰੇਂਜਮੈਂਟ ਕੀਤਾ ਹੈ। ਸੋ ਅਸੀਂ ਅੱਜ ਸਾਰੇ ਹੀ ਇਸ ਫੰਕਸ਼ਨ ਨੂੰ, ਇਹਨਾਂ ਦੇ ਸਟਾਫ ਨੇ ਬੜਾ ਅੱਛਾ ਉਪਰਾਲਾ ਕੀਤਾ ਹੈ, ਸੋ ਅਸੀਂ ਸਾਰੇ ਹੀ ਅੱਜ ਇਸ ਫੰਕਸ਼ਨ ਨੂੰ ਇੰਜੋਏ ਕਰਨ ਲਈ ਇੱਥੇ ਆਏ ਹਾਂ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੈਂ ਰਮਨਦੀਪ ਕੌਰ, ਪ੍ਰਿੰਸੀਪਲ SOE ਪੁਰਹੀਰਾ, ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਅੱਜ
ਤੀਆਂ ਦੇ ਪਵਿੱਤਰ ਤਿਉਹਾਰ ਵਾਲੇ ਦਿਨ ਸਾਡੇ ਸਕੂਲ ਮਾਨਯੋਗ ਮੈਡਮ ਵਿਭਾ ਸ਼ਰਮਾ ਜੀ ਔਰ ਮੈਡਮ ਲਲਿਤਾ ਅਰੋੜਾ ਜੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹੁਸ਼ਿਆਰਪੁਰ ਪਹੁੰਚੇ ਨੇ। ਇਹ ਆਪਣੇ ਜਿਹੜੇ ਜੀਵਨ ਦੇ ਖੁਸ਼ੀਆਂ ਦੇ ਪਲ ਇਹਨਾਂ ਬੱਚਿਆਂ ਦੇ ਨਾਲ ਸਾਡੇ ਸਾਰਿਆਂ ਦੇ ਨਾਲ ਸਾਂਝੇ ਕਰਨ ਦੇ ਲਈ ਪਹੁੰਚੇ ਹਨ। ਬਹੁਤ ਇਹਨਾਂ ਦਾ ਸਵਾਗਤ ਹੈ ਔਰ ਆਸ ਕਰਦੇ ਹਾਂ ਕਿ ਇਹ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਪਿਆਰ ਕਰਦੇ ਹੈ ਕਰਦੇ ਰਹਿਣਗੇ ਔਰ ਬਹੁਤ ਕੁਛ ਸਾਡੀਆਂ ਬੱਚੀਆਂ ਇਹਨਾਂ ਮਾਣਯੋਗ ਸ਼ਖਸ਼ੀਤਾਂ ਤੋਂ ਜਿਹੜਾ ਹੈ ਉਹ ਮਾਰਗਦਰਸ਼ਨ ਪ੍ਰਾਪਤ ਕਰਨਗੀਆਂ, ਇਹਨਾਂ ਦਾ ਆਸ਼ੀਰਵਾਦ ਲੈਣਗੀਆਂ ਔਰ ਇਹ ਬੱਚੇ ਜੋ ਕਿ ਕੱਲ੍ਹ ਦਾ ਭਵਿੱਖ ਨੇ ਇਹ ਇਹਨਾਂ ਤੋਂ ਉਤਸ਼ਾਹਿਤ ਹੋ ਕੇ ਆਪਣਾ ਜੀਵਨ ਔਰ ਆਪਣਾ ਵਿਦਿਆਰਥੀ ਜੀਵਨ ਜਿਹੜਾ ਹੈ ਉਹ ਸਫਲ ਕਰਨਗੀਆਂ। ਬਹੁਤ ਬਹੁਤ ਧੰਨਵਾਦ ਸਾਰੇ ਪ੍ਰੈਸ ਤੋਂ ਆਏ ਵੀਰਾਂ ਦਾ, ਸਾਰੇ ਸਟਾਫ ਮੈਂਬਰ ਦਾ, ਸਾਰੇ ਬੱਚਿਆਂ ਦਾ। ਇਸ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਧੰਨਵਾਦ ਜੀ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.